ਵਾਰਡ ਨੰਬਰ 27 ਚ ਅਸੀਂ ਖੜੇ ਹਾਂ ਸ਼ਿਵ ਸ਼ੰਕਰ ਮਹੱਲਿਆਂ ਚ। ਇੱਥੇ ਭੋਲੇ ਸ਼ੰਕਰ ਦਾ ਮੰਦਰ ਹੈ ਜੋ 35 ਸਾਲ ਪੁਰਾਣਾ ਹੈ ਔਰ ਉਸਦੇ ਆਲੇ ਦੁਆਲੇ ਦੀ 15-15 ਫੁੱਟ ਜ਼ਮੀਨ ਉਹਦੇ ਆਲੇ ਦੁਆਲੇ ਦੀ ਬੈਠ ਗਈ ਹੈ ਔਰ ਇੱਕ ਨਾਲ ਮਕਾਨ ਹੈ ਉਹਦੇ ਨੀਹਾਂ ਸਮੇਤ 15-15 ਫੁੱਟ ਅੱਧੇ ਮਕਾਨ ਦਾ ਉਹ ਵੀ ਹਿੱਸਾ ਬੈਠ ਗਿਆ। ਸਰ ਕਾਰਨ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਚਿਰ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੁਛ ਉਹਨਾਂ ਦੇ ਕਾਰਨ ਨਹੀਂ ਪਤਾ ਲੱਗ ਸਕਦਾ। ਵਿਸ਼ਾਰਮ ਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਬਹੁਤ ਹੀ ਜੋ ਕਿ ਅਹਿਮ ਨਿਊਜ਼ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਔਰ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਔਰ ਇਹ ਵੀਡੀਓ ਜੋ ਕਿ ਬਟਾਲਾ ਸ਼ਹਿਰ ਦੀ ਆ ਔਰ ਦੱਸਿਆ ਜਾ ਰਿਹਾ ਕਿ ਬਟਾਲਾ ਸ਼ਹਿਰ ਦੇ ਸ਼ਿਵ ਮੰਦਰ ਦੇ ਲਾਗੇ ਉਹਦੀ ਜੋ ਕਿ ਜ਼ਮੀਨ ਹੈ ਜੋ ਕਿ 9 ਫੁੱਟ ਜੋ ਕਿ ਥੱਲੇ ਨੂੰ ਧੱਸ ਚੁੱਕੀ ਆ ਔਰ ਤੁਸੀਂ ਆਪਣੀ ਸਕਰੀਨ 'ਤੇ ਵੀ ਦੇਖ ਸਕਦੇ ਹੋ ਕਿ ਕਿਵੇਂ ਜੋ ਕਿ ਇਸ ਜ਼ਮੀਨ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਔਰ ਇਹ ਇੱਕ ਖਤਰੇ ਦਾ ਵੀ ਕਾਰਨ ਜੋ ਕਿ ਦੱਸਿਆ ਜਾ ਰਿਹਾ ਔਰ ਨਾਲ ਹੀ ਨਾਲ ਜੋ ਕਿ ਲਾਗੇ ਜੋ ਕੋਠੀ ਹੈ ਲਾਗੇ ਜੋ ਘਰ ਆ ਉਸਨੂੰ ਵੀ ਥੋੜ੍ਹਾ ਜਿਹਾ ਬੋਲਿਆ ਜਾ ਰਿਹਾ ਕਿ ਨੁਕਸਾਨ ਹੋਇਆ ਵਾ ਔਰ ਅੱਗੇ ਜਾ ਕੇ ਤੁਸੀਂ ਫੁੱਲ ਵੀਡੀਓ ਨੂੰ ਦੇਖੋਗੇ ਔਰ ਸਾਡੇ ਬ੍ਰਦਰ ਉਹਨਾਂ ਨੇ ਵੀ ਪੂਰੀ ਸੱਚਾਈ ਨੂੰ ਦੱਸਿਆ ਕਿ ਜੋ ਕਿ ਬਟਾਲਾ ਦੇ ਵਿਖੇ ਜੋ ਕਿ ਸ਼ਿਵ ਮੰਦਰ ਦੇ ਲਾਗੇ ਜੋ ਕਿ ਇਹ ਜ਼ਮੀਨ ਧੱਸਣ ਦਾ ਕੀ ਕਾਰਨ ਰਿਹਾ ਆਓ ਪਹਿਲੇ ਅਸੀਂ ਵੀਡੀਓ ਨੂੰ ਦੇਖਦੇ ਹਾਂ। ਇੱਧਰ ਆ ਸਾਰਾ ਹੈਲੋ ਵੱਡੀਆਂ ਨੰਬਰ ਹੈਗਾ ਡੀਸੀ ਦਾ ਲੱਗ ਗਿਆ
ਵਾਰਡ ਨੰਬਰ 27 ਚ ਅਸੀਂ ਖੜੇ ਹਾਂ ਸ਼ਿਵ ਸ਼ੰਕਰ ਮਹੱਲਾ ਚ। ਇੱਥੇ ਭੋਲੇ ਸ਼ੰਕਰ ਦਾ ਮੰਦਰ ਹੈ ਜੋ 35 ਸਾਲ ਪੁਰਾਣਾ ਹੈ ਔਰ ਉਸਦੇ ਆਲੇ ਦੁਆਲੇ ਦੀ 15-15 ਫੁੱਟ ਜ਼ਮੀਨ ਉਹਦੇ ਆਲੇ ਦੁਆਲੇ ਦੀ ਬੈਠ ਗਈ ਹੈ ਔਰ ਇੱਕ ਨਾਲ ਮਕਾਨ ਹੈ ਉਹਦੀਆਂ ਨੀਹਾਂ ਸਮੇਤ 15-15 ਫੁੱਟ ਅੱਧੇ ਮਕਾਨ ਦਾ ਉਹ ਵੀ ਹਿੱਸਾ ਬੈਠ ਗਿਆ। ਔਰ ਪਹਿਲੀ ਗੱਲ ਇਹ ਹੈ ਕਿ 3.5 ਘੰਟੇ ਲਗਾਤਾਰ SDM ਸਾਹਿਬ ਨੂੰ ਫੋਨ ਕੀਤੇ। SDM ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20-25 ਫੋਨ ਰਿਕਾਰਡ ਚੈੱਕ ਕੀਤੇ ਜਾ ਸਕਦੇ ਆ, ਉਹਨਾਂ ਨਾਲ ਕਿਸੇ ਦਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਫਿਰ ਮੈਂ SDO ਸਾਹਿਬ ਨੂੰ ਫੋਨ ਕੀਤਾ ਉੱਪਲ ਜੀ ਨੂੰ, ਉਹਨਾਂ ਨੇ ਮੇਰਾ ਫੋਨ ਜ਼ਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤਾਂ ਫੋਨ SDO ਸਾਹਿਬ ਨਹੀਂ SDM ਸਾਹਿਬ ਨਹੀਂ ਸੁਣਦੇ ਪਏ, ਤੁਸੀਂ ਕਰ ਲਓ ਮੇਰੇ ਕੋਲ ਰਿਕਾਰਡਿੰਗ। ਇਹ 3.5 ਘੰਟੇ ਬਾਅਦ SDO ਉੱਪਲ ਆਇਆ ਔਰ ਆ ਕੇ ਉਹਨਾਂ ਨੇ ਕਿਹਾ, ਮੈਂ ਜਿਹੜੀ ਗੱਲ ਕਰਨ ਵਾਲੀ ਹੈ ਕਿ SDO ਨੇ ਮੇਰਾ ਰਿਕਾਰਡ ਹੈ, ਉਹਨਾਂ ਨੇ ਕਿਹਾ SDM ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਪਏ। ਇੱਕ ਐਮਰਜੈਂਸੀ ਘਟਨਾ ਉੱਪਲ ਸਾਹਿਬ ਦਾ, SDO ਸਾਹਿਬ ਦਾ ਫੋਨ SDM ਸਾਹਿਬ ਨਹੀਂ ਸੁਣ ਰਹੇ। ਚਲੋ ਇਹ 3.5 ਘੰਟੇ ਬਾਅਦ ਆਏ ਨੇ, ਇਹ ਹੁਣ ਦੇਖਣਗੇ ਕੀ ਕਰਨਾ। ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ, ਸੀਰਜ ਇਸ ਏਰੀਆ 'ਚ ਵਾਰ ਵਾਰ ਬੰਦ ਰਹਿੰਦਾ ਔਰ ਵਾਰ ਵਾਰ ਸ਼ਿਕਾਇਤ ਕਰਨ ਤੋਂ ਬਾਅਦ 10-15 ਦਿਨ ਬੰਦ ਦੇਣ, ਗੋਂਗਲੂਆਂ ਤੋਂ ਮਿੱਟੀ ਝਾੜ ਕੇ ਚੱਲ ਜਾਂਦੇ ਨੇ। 1-2-4 ਦਿਨ ਚੱਲਦਾ, ਫਿਰ ਉੱਥੇ ਦੇ ਉੱਥੇ ਜੋ ਸੀਵਰ ਬਲਾਕ ਰਹਿੰਦਾ ਉਹਦੇ ਪਾਣੀ ਨੇ ਕੋਈ ਰਸਤਾ ਲੱਭਣਾ। ਇਹ ਜੋ ਸਾਰੀ ਘਟਨਾ ਨਜ਼ਰ ਆਉਂਦੀ ਪਈ ਹੈ ਉਹੀ ਸੀਵਰੇਜ ਦੇ ਬਲਾਕ ਦੀ ਹੈ, ਜਿਹੜਾ ਅੰਡਰਗਰਾਊਂਡ ਜਾਂਦਾ ਰਿਹਾ ਅੱਜ ਅਚਨਚੇ ਤੇ ਬਹਿ ਗਿਆ। ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ, ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦਿਆਂ ਆਉਂਦਿਆਂ ਜਾਂਦਿਆਂ ਕੁਛ ਲੋਕ ਦੱਬ ਕੇ ਮਰ ਸਕਦੇ ਸੀ। ਇਹ ਮਕਾਨ ਹੈ, ਚਲੋ ਅੱਧਾ ਹਿੱਸਾ ਦਾ ਬਹਿ ਗਿਆ, ਅੱਧੇ ਹਿੱਸੇ ਦੇ ਸਿਰ ਤੇ ਐਸੇ ਤਾਂ ਖੜਾ, ਇਹ ਮਕਾਨ ਵੀ ਉਸ ਵੇਲੇ ਬਹਿ ਸਕਦਾ ਹੈ। ਹੁਣ ਜਿਸ ਜ਼ਮੀਨ ਤੇ ਅਸੀਂ ਖੜੇ ਹਾਂ ਕੀ ਪਤਾ ਵੀ ਗੱਲ ਕਰਦਿਆਂ ਕਰਦਿਆਂ ਬਹਿ ਜਾਣੀਆਂ, ਕਿਉਂਕਿ ਆਲਾ ਦੁਆਲਾ ਬਹੁਤ ਖੋਖਲਾ, ਜੋ ਟਾਈਲਾਂ ਨਜ਼ਰ ਆਉਂਦੀਆਂ ਵੀ ਇਹਦੇ ਥੱਲੇ ਵੀ ਖਾਲੀ ਹੋ ਚੁੱਕੀ। ਸਰ ਦੇਖੋ ਸਾਨੂੰ ਜਿੱਦਾਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ, ਗੌਰਵ ਤੁਸੀਂ, ਗੌਰਵ ਜੀ ਤੁਸੀਂ, ਤੁਹਾਡਾ ਨਾਮ ਜੀ, ਗੌਰਵ ਜੀ ਨਾਲ ਗੱਲ ਹੋਈ ਹੈ ਜੀ, ਮੈਨੂੰ ਫੋਨ ਨੰਬਰ ਆਇਆ ਅਤੇ ਉਹ ਕਹਿੰਦੇ ਕਿ ਇਹਨਾਂ ਨਾਲ ਗੱਲ ਕਰੋ, ਹੁਣੇ ਅਰਜੈਂਟ ਕੰਮ ਹੈ ਅਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਦਿਨ 10 ਮਿੰਟਸ ਮੈਂ ਇੱਥੇ 10 ਮਿੰਟ ਕੋਲ ਉਹਨਾਂ ਗੱਲ ਨੂੰ 10 ਮਿੰਟ ਪਹੁੰਚ ਗਿਆ। ਸਰ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਜੀ, ਇਹ ਤਾਂ ਹੁਣ ਜਦੋਂ ਟੀਮ ਸਾਰੀ ਆਉਣਗੀਆਂ ਸਾਰੇ ਰਲ ਮਿਲ ਕੇ ਆਪਰੇਸ਼ਨ ਹੋਏਗਾ, ਇਹ ਇਕੱਲੇ ਕਾਰਪੋਰੇਸ਼ਨ ਦੇ ਲੈਵਲ ਦੀ ਗੱਲ ਨਹੀਂ ਮੰਨਦੇ। ਸਰ ਕਾਰਨ ਵੀ ਨਹੀਂ ਵੇਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਚਿਰ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੁਛ, ਉਹਨਾਂ ਦੇ ਕਾਰਨ ਨਹੀਂ ਪਤਾ ਲੱਗ ਸਕਦਾ। ਨੁਕਸਾਨ ਬਹੁਤ ਹੋ ਸਕਦਾ ਜੀ, ਨੁਕਸਾਨ ਲੱਭ ਰਿਹਾ ਜੇ, ਅਗਰ ਇਹ ਬਿਲਡਿੰਗ ਥੱਲੇ ਡੇਜ ਤਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਸੀ ਮੌਕੇ 'ਤੇ ਜੀ। ਸਰ ਮੌਕੇ 'ਤੇ ਟੀਮਸ ਬੁਲਾ ਕੇ ਕੰਬਾਈਨ ਓਪਰੇਸ਼ਨ ਹੋਊਗਾ ਜੀ, ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਹੈ, ਕੀ ਬਣਿਆ ਇੱਥੇ, ਉਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਜਾਏਗੀ ਜੀ। ਇਨ ਵੀਡੀਓ ਆਪਾਂ ਇਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ, ਪਲੀਜ਼ ਲਾਗੇ ਦਾ ਅਗਲੇ ਸ਼ਿਵ ਮੰਦਿਰ ਵਾਲੇ ਔਰ ਲਾਗੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ, ਸ਼ਿਫਟ ਹੋ ਕੇ 2-3-4 ਦਿਨ ਲਈ, ਪਰ ਉਸ ਚੱਲ ਜਾਓ ਜਦ ਤੱਕ ਇਹਦਾ ਮਸਲਾ ਨਹੀਂ ਹੱਲ ਹੁੰਦਾ, ਜਿੰਨਾ ਸਾਡੇ ਧਿਆਨ 'ਚ ਨਹੀਂ ਆਉਂਦਾ ਵੀ ਇੱਥੇ ਕਾਰਨ ਕੀ ਹੈ ਔਰ ਇਹਦਾ ਹੱਲ ਕੀ ਹੋ ਸਕਦਾ।
ਤੁਸੀਂ ਵੀਡੀਓ ਨੂੰ ਦੇਖਿਆ ਕਿ ਕਿਵੇਂ ਪੂਰੀ ਸੱਚਾਈ ਪਤਾ ਚੱਲਿਆ ਕਿ ਇਸ ਜ਼ਮੀਨ ਧੱਸਣ ਦੀ ਕੀ ਸੱਚਾਈ ਆ, ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਔਰ ਜੇਕਰ ਤੁਸੀਂ ਵਿਸ਼ਾਲ ਰਮਦਾਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵਿਸ਼ਾਲ ਰਮਦਾਸ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏਗਾ।